ਕੁਆਟਰ ਤੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਅੱਥੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ, ਸ਼ਰਮੇ ਮਾਰੇ ਜਾ ਰਹੇ ਸੀ ਕਿਸਾਨਾਂ ਦੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਕਿਸਾਨਾਂ ਨੇ ਹੁਣ ਇਸ ਚੀਜ਼ ਦਾ ਪੱਕਾ ਹੱਲ ਕੱਢ ਲਿਆ, ਤੁਹਾਨੂੰ ਦਿਖਾਉਣ ਲੱਗੇ ਆ। ਤਾਂ ਬਾਈ ਜੀ ਢਾਲ ਪਰਵਾ ਕੇ ਲੈ ਕੇ ਆਏ ਨੇ, ਤਸਲੇ ਦੀ ਬਣਾਈ ਹੋਈ ਹੈ। ਅੱਛਾ, ਸਾਡਾ ਪਿੰਡ ਬਲਾੜ ਮੇਮਾ ਗੋਲੇ ਕੋਲੇ ਆ। ਹਾਂ, ਅਸੀਂ ਘਰੋਂ ਕੰਮ ਦੇ ਆਉਂਦੇ ਸੀ, ਕੱਲ੍ਹ ਕਿਸੇ ਕਾਰਨ ਅਸੀਂ ਆ ਨਹੀਂ ਸਕੇ। ਹਾਂ, ਅਸੀਂ ਜਦੋਂ ਦੇਖਿਆ ਵੀ ਇਹ ਛਾਲੇ ਵੱਜਦੇ ਆ ਨੌਜਵਾਨਾਂ ਦੇ, ਤੇ ਟੀਅਰ ਗੈਸ ਦੇ ਜਦੋਂ ਸਿਰ ਦੇ ਸਿਰ ਤੋਂ ਆਈ ਹੈ। ਹਾਂ, ਫਿਰ ਮੈਂ ਬੈਠੇ ਨੇ ਇੱਕ ਕਾਰਡ ਕੱਢੀ, ਮੈਂ ਕਿਹਾ ਵੀ ਆਪਾਂ ਦੱਸਣੇ ਦੇ ਆਹ ਚੀਜ਼ ਬਾਲ ਕੇ ਇਹ ਭਾਈ ਚੰਗੀ ਤਰ੍ਹਾਂ ਅੰਗੂਠਾ ਲਾ ਕੇ ਬਣਾਇਆ ਵਾ ਵੀ ਜੇ ਲੋੜ ਹੈ ਐਸੋਲੇਟ ਆਪਾਂ ਗੈਸ ਵੀ ਮੰਗਵਾ ਸਕਦੇ ਹਾਂ, ਜੇ ਇੰਪੋਰਟ ਦਾ ਪੈਸਾ ਵੀ ਕਰ ਸਕਦੇ ਹਾਂ। ਅੱਛਾ, ਤਾਂ ਕਰਕੇ ਜ਼ਰੂਰਤ ਹੈ ਵੀ ਸਾਰੇ ਬਣਾ ਕੇ ਲੈ ਕੇ ਆਓ ਜਿੰਨਿਆਂ ਨੇ ਘਰੋਂ ਤੁਰਨਾ। ਬੇਨਤੀ ਹੈ ਕਿਉਂਕਿ ਇੱਥੇ ਤਾਂ ਨੈਟਵਰਕ ਦੀ ਪ੍ਰੋਬਲਮ ਪੈਂਦੀ ਹੈ, ਤੁਹਾਡੇ ਮੀਡੀਆ ਰਹੀ ਹੈ ਜਾਪ। ਹਾਂ, ਇਹ ਗੋਲੀ ਨੂੰ ਵੀ ਚੱਲ ਫਾਇਦਾ ਬਾਈ, ਜਿਹੜੀ ਉਹ ਗੋਲੀ ਚਲਾਉਂਦੇ ਨੇ ਉਹ ਵੀ ਚੱਲਦਾ। ਅੱਛਾ, ਇਸ ਲਈ ਇਹ ਬਣਾਇਆ ਵੀ ਐਸੋ ਢੱਕ ਲਵਾਇਆ ਬਾਈ ਨੂੰ ਦਿਖਾ ਦੇ, ਇਸ ਵੀ ਬਣਾਏ ਦੇ ਆ। ਅੱਛਾ, ਜੀ ਇਹ ਬਣਾ ਕੇ ਵੱਧ ਤੋਂ ਵੱਧ ਰਹੇ, ਜੇ ਅਸੀਂ 10-12 ਬਣਾ ਕੇ ਲੈ ਕੇ ਆ 2020 ਦੇ ਇੱਕ ਦੋ ਅਸੀਂ ਕੋਲੇ ਰੱਖ ਲਈ ਕੱਲ੍ਹ ਨੂੰ। ਤਾਂ ਦਿਮਾਗ ਦੇ ਵਿੱਚ ਫਿਰ ਕਿਵੇਂ ਆਇਆ, ਘਰੇ ਬੈਠਿਆਂ ਨੇ ਦੇਖਿਆ ਬੱਲਾ? ਹਾਂਜੀ, ਘਰੇ ਬੈਠਿਆਂ ਨੇ ਦੇਖਿਆ, ਮਨ 'ਚ ਮਨ ਬਹੁਤ ਦੁਖੀ ਹੈ ਜੀ। ਜਦੋਂ ਮੰਨ ਲਾ ਜੇ ਤਾਂ ਇਹ ਜੰਗ ਦਾ ਮੈਦਾਨ ਤਾਂ ਮੰਨਦਾ ਜੀ, ਬਰੋਬਰ ਦੇ ਸਾਡੇ ਉੱਤੇ ਝਾੜ ਦਾ ਬਰੋਬਰ ਦੇ ਨਾਲ ਲਿਆ, ਫਿਰ ਜਦੋਂ ਮਰਜ਼ੀ ਦੱਸਣ, ਪਰ ਜ਼ਰੂਰਤ ਆ ਦੀ ਢਾਲ ਦੀ, ਸਾਡੇ ਸਾਰਾ ਕੁਛ ਇਤਿਹਾਸ 'ਚ ਪਿਆ। ਗੁਰੂ ਸਾਹਿਬ ਤੋਂ ਜੇ ਸਿੱਖਣ ਦੀ ਜ਼ਰੂਰਤ ਆ, ਆਪਾਂ ਨੂੰ ਵਾਰ ਵੀ ਦਿੱਤਾ ਅਤੇ ਢਾਲ ਵੀ। ਪਹਿਲਾਂ ਆਪਾਂ ਢਾਲ ਨਾਲ ਆਪਾਂ ਆਪਣੇ ਆਪ ਨੂੰ ਬਚਾ ਕਰਨਾ, ਨਹੀਂ ਹਟੇ ਫਿਰ ਸਾਡੇ ਕੋਲੇ ਵਾਰ ਦੀ ਜਾਏਗਾ। ਇਹ ਉਸ ਤਰੀਕੇ ਨਾਲ ਬਣਾਈ ਗਈ ਹੈ, ਢਾਲ ਬਣਾਈ ਗਈ। ਸ਼ਾਂਤਮਈ ਪ੍ਰੋਟੈਸਟ ਵੀ ਕਰਦੇ ਹੋ ਕਿਉਂ ਤੁਹਾਡੇ ਪਰਿਵਾਰ ਜਿਹੜੇ ਕੀਤੇ ਜਾਂਦੇ ਨੇ ਤਾਂ ਉਹ ਸ਼ਾਂਤੀ ਬਾਈ, ਜਿੰਨਾ ਚਿਰ ਅਸੀਂ ਮਾਲਕ ਨਾਲ ਵੀ ਜ਼ਰੂਰਤ ਆ ਉਹਨਾਂ 'ਚ ਰੱਖਾਂਗੇ, ਜ਼ਿਆਦਾ ਸ਼ਾਂਤੀ ਬਣਨਾ ਜੀ ਹੁੰਦੀ ਹੈ। ਪਰ ਸਾਡੇ ਕੋਲ ਤਾਂ ਇਹ ਵੀ ਹੈ ਵੀ ਜੇ ਪਹਿਲ ਕਰਦੇ ਨੇ ਤਾਂ ਦੂਜਾ ਤਾਂ ਫਿਰ ਸ਼ਾਂਤੀ, ਸਿੱਧੀ ਗੱਲ ਇਹ ਟੱਪਣਾ ਤਾਂ ਅਗਾਂਹ ਟੱਪਣਾ, ਪਿੱਛੇ ਰਹਿਣ ਵਾਲਾ ਕਿੱਥੇ ਰਹਿਣ ਵਾਲਾ ਦਾ ਮਤਲਬ ਹੀ। ਜਿਵੇਂ ਦੀਪ ਸਿੱਧੂ ਅੱਜ ਨਾ ਦੀਪ ਸਿੱਧੂ ਹੈ ਨਹੀਂ, ਆਪਾਂ ਕਿਸੇ ਕੋਈ ਯੂਨੀਅਨ ਦਾ ਮੈਨੂੰ ਨਹੀਂ ਹੈ, ਮੈਂ ਤਾਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣ ਵਾਲਾ ਬੰਦਾ, ਮੈਂ ਅੱਜ ਉਹ ਨਹੀਂ ਤਾਂ ਆਪਾਂ ਜ਼ਰੂਰ ਹਾਜ਼ਰੀ ਦਵਾ। ਅੱਛਾ, ਉਹਦੇ ਸੰਸਕਾਰ ਦੇ ਵੀ ਤੁਸੀਂ ਮੇਰੀ ਵੀਡੀਓ ਦੇਖੀ ਹੋਊ, ਜਦੋਂ ਮੱਥਾ ਟੇਕਦੇ ਉੱਥੇ ਆਪਾਂ ਕਦੇ ਉਸ ਚੀਜ਼ ਦਾ ਆਪਾਂ ਇਹ ਨਹੀਂ ਲੈਂਦਾ ਵੀ ਆਪਾਂ ਉਹਦਾ ਕ੍ਰੈਡਿਟ ਲੱਗੇ, ਕਿਉਂਕਿ ਉੱਥੇ ਚੀਜ਼ ਹੋਰ ਸੀ। ਉਦੋਂ ਵੀ ਮੈਂ ਸਾਨੂੰ ਪਈ ਸੀ ਵੀ ਜਿੱਥੇ ਵੀ ਲੋੜ ਪਊਗੀ, ਦੀਪ ਜਦ ਤੇਰੀ ਤਾਂ ਨਹੀਂ ਘਾਟ ਪੂਰੀ ਹੁੰਦੀ, ਦੀਪ ਨਹੀਂ ਕੋਈ ਬਣ ਸਕਦਾ, ਪਰ ਜ਼ਰੂਰਤ ਅਨੁਸਾਰ ਜਿੰਨਾ ਹੋਇਆ ਸੀ ਉਹਨਾਂ ਯੋਗਦਾਨ ਪਾਉਣ ਦਿੰਦੇ ਆਏ। ਕਈ ਵਾਰ ਗੋਲਾ ਥੱਲੇ ਡਿੱਗਦਾ ਆਪਾਂ ਉੱਤੇ ਸੁੱਟ ਸਕਦੇ ਹਾਂ। ਅੱਛਾ,